ਬਾਈ ਪਰਮਜੀਤ ਕੌਰ ਫਰੋਮ ਮੋਹਾਲੀ ਵਿੱਚ ਤੁਹਾਡਾ ਸਵਾਗਤ ਹੈ। ਅੱਜ ਤੁਹਾਨੂੰ ਅਸੀਂ ਘੀਏ ਦਾ ਰਾਇਤਾ ਬਣਾ ਕੇ ਦਿਖਾਵਾਂਗੇ ਅਤੇ ਇਹਦੇ ਵਾਸਤੇ ਜੋ ਜੋ ਚੀਜ਼ਾਂ ਦੀ ਜ਼ਰੂਰਤ ਹੈ ਉਹ ਤੁਹਾਨੂੰ ਅਸੀਂ ਦਿਖਾਉਂਦੇ ਹਾਂ। ਸਭ ਤੋਂ ਪਹਿਲੇ ਤਾਂ 400 ਗ੍ਰਾਮ ਘੀਆ, 400 ਗ੍ਰਾਮ ਘੀ ਦੇ ਇੱਕ ਹਰੀ ਮਿਰਚ ਛੋਟੇ ਛੋਟੇ ਟੁਕੜੇ ਜਿਸ ਕੱਟ ਲਈਏ, ਅਤੇ ਲਾਲ ਮਿਰਚ, ਨਮਕ ਅਤੇ ਕਾਲੀ ਮਿਰਚ, ਅਤੇ ਉਸ ਤੋਂ ਬਾਅਦ ਥੋੜ੍ਹਾ ਜਿਹਾ ਅਸੀਂ ਪੌਣਾ ਗਲਾਸ ਦੁੱਧ ਲਿਆ ਇਹਨੂੰ ਰਾਇਤੇ ਨੂੰ ਪਤਲਾ ਕਰਨ ਵਾਸਤੇ, ਅਤੇ ਇਹ ਅਸੀਂ ਦਹੀਂ ਲੈ ਲਿਆ ਇਹਦੇ ਬਰਾਬਰ, ਜਿੰਨਾ ਘੀ ਆ ਉਹਦੇ ਬਰਾਬਰ ਅਸੀਂ ਦਹੀਂ ਲੈ ਲਿਆ, ਅਤੇ ਇਹ ਅਸੀਂ ਇਹਦੇ ਵਾਸਤੇ ਘੀਏ ਨੂੰ ਕੱਦੂਕਸ ਕਰਨ ਵਾਸਤੇ ਲੈ ਲਿਆ। ਔਰ ਕੱਦੂਕਸ ਜਿਹੜਾ ਕਰਨਾ ਅਸੀਂ ਇਹਦੇ ਤਿੰਨ ਹਿੱਸੇ ਹੁੰਦੇ ਨੇ, ਇੱਕ ਮੋਟਾ ਅਤੇ ਇੱਕ ਬਰੀਕ, ਆਪਾਂ ਮੀਡੀਅਮ ਨਾਲ ਇਹਨੂੰ ਕੱਦੂਕਸ ਕਰਨਾ, ਮੀਡੀਅਮ ਵਾਲੇ ਪਾਸੇ ਤੋਂ ਕੱਦੂਕਸ ਕਰਨਾ, ਨਾ ਮੋਟਾ ਅਤੇ ਨਾ ਪਤਲਾ। ਅਤੇ ਇਹਨੂੰ ਇਹਦਾ ਘੀਏ ਦਾ ਅਸੀਂ ਜਿਹੜਾ ਹਾਰਡ ਪਾਰਟ ਹੈ ਗ੍ਰੀਨ ਸਾਰਾ, ਇਹਨੂੰ ਉੱਪਰ ਛਿਲਕ ਉਤਾਰ ਦੇਣਾ, ਛਿਲਕ ਉਤਾਰਨ ਤੋਂ ਬਾਅਦ ਅਸੀਂ ਇਹਨੂੰ ਕੱਦੂਕਸ ਕਰ ਲੈਣਾ। ਕੱਦੂਕਸ ਕਰਨ ਤੋਂ ਬਾਅਦ ਅਸੀਂ ਇਹਦਾ ਇਹਨੂੰ ਅਸੀਂ ਕੱਦੂਕਸ ਕਰ ਲੈਣਾ, ਇਹਨੂੰ ਇਹ ਸਾਰਾ ਛਿਲਕਾ ਹਾਰਡ ਦਾ ਉਤਾਰ ਦੇਣਾ, ਮੋਟਾ ਉਤਾਰਨਾ, ਉਤਾਰ ਦੇਣਾ ਇਹਦਾ ਅਸੀਂ। ਅਤੇ ਉਸ ਤੋਂ ਬਾਅਦ ਇਹਨੂੰ ਅਸੀਂ ਕੱਦੂਕਸ ਕਰ ਲੈਣਾ ਮੀਡੀਅਮ ਤਰਫ ਤੋਂ। ਕੱਦੂਕਸ ਕਰਨ ਤੋਂ ਬਾਅਦ ਅਸੀਂ ਗੈਸ 'ਤੇ ਅਸੀਂ ਪਾਣੀ ਧਰ ਦੇਣਾ, ਜਿੰਨੇ ਕੁ ਇਹ ਘੀਆ ਅੰਦਰ ਡੁੱਬ ਜਾਏ ਉਹਦੇ, ਅਤੇ ਪਾਣੀ ਨੂੰ ਬੋਇਲ ਕਰੋ। ਜਦੋਂ ਪਾਣੀ ਬੋਇਲ ਹੋਣਾ ਸ਼ੁਰੂ ਹੋ ਜਾਵੇ ਤਾਂ ਉਹਨੂੰ ਗੈਸ ਨੂੰ ਸਿਮ ਕਰਕੇ ਅਤੇ ਜਿਹੜਾ ਕੱਦੂਕਸ ਘੀਆ ਉਹਦੇ 'ਚ ਪਾ ਦਿਓ, ਅਤੇ 8 ਤੋਂ 10 ਮਿੰਟ ਤੱਕ ਉਹਨੂੰ ਸਿਮ 'ਤੇ ਰੱਖੋ। ਉਸ ਤੋਂ ਬਾਅਦ ਗੈਸ ਬੰਦ ਕਰ ਦਿਓ। ਜਦੋਂ ਉਹ ਠੰਡਾ ਹੋ ਜਾਏ ਉਹਨੂੰ ਪੌਣੀ 'ਚ ਪਾ ਕੇ ਉਹਨੂੰ ਛਾਣ ਲਓ। ਤਾਂ ਅਸੀਂ ਹੁਣ ਛਾਣ ਕੇ ਤੁਹਾਨੂੰ ਦਿਖਾਉਣ ਲੱਗੇ ਹਾਂ। ਅਸੀਂ ਇਹ ਕਰਕੇ ਰੱਖਿਆ ਹੋਇਆ ਸੀ, ਇਹਨੂੰ ਆਹ ਅਸੀਂ ਪੌਣੀ 'ਚ ਛਾਣ ਲਿਆ, ਇਹ ਬੋਇਲ ਕੀਤਾ ਹੋਇਆ ਰੱਖਿਆ ਸੀ ਅਸੀਂ, ਇਹਦੇ 'ਚ ਛਾਣ ਲਿਆ। ਉਸ ਤੋਂ ਬਾਅਦ ਅਸੀਂ ਇਹਨੂੰ ਘੀਏ ਨੂੰ ਹੱਥ ਨਾਲ ਪਕੜ ਕੇ ਸਾਰਾ ਪਾਣੀ ਇਹਦਾ ਹੱਥ ਨਾਲ ਦਬਾ ਕੇ ਕੱਢ ਦੇਣਾ ਇਹਦੇ 'ਚੋਂ, ਤਾਂ ਕਿ ਪਾਣੀ ਨਾ ਰਹੇ ਇਹਦੇ 'ਚ ਬਿਲਕੁਲ ਵੀ। ਇਹਨੂੰ ਅਲੱਗ ਫਿਰ ਉਹਦੇ 'ਚ ਇਹਨੂੰ ਪਾ ਲੈਣਾ ਸਾਰਾ, ਇਹਨੂੰ ਕਰਕੇ ਉਹਦੇ 'ਚ ਪਾ ਲਓ ਸਾਰਾ ਘੀਆ ਹੱਥ ਨਾਲ ਨਿਚੋੜ ਕੇ ਪਾਣੀ ਇਹਦਾ ਕੱਢ ਦੇਣਾ ਅਸੀਂ। ਇਹ ਦੇਖੋ ਜੀ ਬਿਲਕੁਲ ਪਾਣੀ ਕੱਢ ਦੇਣਾ ਇਹਦਾ। ਬਹੁਤ ਹੀ ਜਲਦੀ ਤਿਆਰ ਹੁੰਦਾ, ਔਰ ਗਰਮੀਆਂ ਵਾਸਤੇ ਘੀਏ ਦਾ ਰਾਇਤਾ ਸਭ ਤੋਂ ਅੱਛਾ ਹੁੰਦਾ ਖਾਣਾ, ਕਿਉਂਕਿ ਇਹਦੀ ਤਸਵੀਰ ਠੰਡੀ ਹੁੰਦੀ ਹੈ, ਠੰਡਾ ਹੁੰਦਾ। ਗਰਮੀਆਂ 'ਚ ਘੀਏ ਦਾ ਰਾਇਤਾ ਜ਼ਰੂਰ ਖਾਣਾ ਚਾਹੀਦਾ, ਬਹੁਤ ਹਾਜ਼ਮੇਦਾਰ ਹੁੰਦਾ। ਹੁਣ ਨੈਕਸਟ ਪ੍ਰੋਸੈਸ ਇਹਦਾ ਇਹ ਹੈ ਜੀ, ਇਹ ਦਹੀਂ, ਦਹੀਂ ਅਸੀਂ ਦੇਖੋ ਜੀ ਇਹਦੇ 'ਚ ਡੋਂਗੇ 'ਚ ਅਸੀਂ ਪਾ ਰਹੇ ਹਾਂ ਇਹਨੂੰ। ਹੈਗਾ ਇਹ 400 ਗ੍ਰਾਮ ਬੇਰਕਾ ਦਾ ਦਹੀਂ ਹੈ ਇਹਦਾ, ਅਤੇ ਉਸ ਤੋਂ ਬਾਅਦ ਇਹ ਦਹੀਂ ਥੋੜ੍ਹਾ ਗਾੜਾ ਹੁੰਦਾ, ਲੇਕਿਨ ਰਾਇਤਾ ਥੋੜ੍ਹਾ ਪਤਲੇ ਉਹਦੇ 'ਚ ਰਹੇਗਾ ਤਾਂ ਰਾਇਤਾ ਬਹੁਤ ਅੱਛਾ ਬਣੇਗਾ। ਅਤੇ ਇਹਨੂੰ ਚਮਚ ਨਾਲ ਹੀ ਅਸੀਂ ਥੋੜ੍ਹਾ ਜਿਹਾ ਦੇਖੋ ਜੀ ਫੈਂਟ ਲਿਆ, ਉਸੀ ਉਹਦੇ ਵਿੱਚ ਹੀ ਦੁੱਧ ਪਾ ਦੇਣਾ, ਜਿਸ 'ਚੋਂ ਅਸੀਂ ਦਹੀਂ ਕੱਢਿਆ, ਜਿਹੜਾ ਦਹੀਂ ਇਹਦੇ 'ਚ ਰਹਿ ਜਾਏਗਾ ਉਹ ਵੀ ਉਹਦੇ 'ਚ ਮਿਕਸ ਹੋ ਜਾਏਗਾ, ਨਿਕਲ ਜਾਏਗਾ ਸਾਰਾ ਦਹੀਂ। ਅਤੇ ਦੁੱਧ ਪਾਉਣ ਦੀ ਵਜ੍ਹਾ ਨਾਲ ਇਹ ਥੋੜ੍ਹਾ ਪਤਲਾ ਹੋ ਜਾਏਗਾ, ਕਿਉਂਕਿ ਰਾਇਤਾ ਇਹਦੇ ਜਦੋਂ ਘੀਆ ਪਏਗਾ ਤਾਂ ਵੈਸੇ ਵੀ ਗਾੜੇ ਪੰਚ ਆ ਜਾਂਦਾ, ਅਤੇ ਪਤਲਾ ਜਿੰਨਾ ਹੋਏਗਾ ਉਨਾ ਅੱਛਾ ਲੱਗੇਗਾ, ਇਹ ਉਨਾ ਟੇਸਟ ਇਹਦਾ ਅੱਛਾ ਹੋਏਗਾ। ਇਹ ਦੇਖੋ ਜੀ ਮਿਕਸ ਕਰ ਰਹੇ ਨੇ, ਇਹਦੇ ਨਾਲ ਚਮਚ ਨਾਲ ਮਿਕਸ ਕਰਨਾ ਇਹਨੂੰ। ਇਹ ਦੇਖੋ ਜੀ ਬਹੁਤ ਅੱਛਾ ਮਿਕਸ ਹੋ ਰਿਹਾ ਜੀ, ਦੇਖੋ ਜੀ ਦੁੱਧ ਅਸੀਂ ਹੋਰ ਪਾਤਾ ਇਹਦੇ 'ਚ। ਇਹ ਥੋੜ੍ਹਾ ਜਿਹਾ ਅੰਦਾਜ਼ਾ ਵੀ ਹੁੰਦਾ ਕਿ ਦੁੱਧ ਅਸੀਂ ਜ਼ਰੂਰ ਨਹੀਂ ਗਲਾਸ ਭਰਿਆ ਪਾ ਦੇਣਾ, ਤੁਸੀਂ ਆਪਣਾ ਦੇਖੋ ਕਿੰਨਾ ਕੁ ਪਤਲਾ ਇਹਨੂੰ ਕਰਨਾ, ਅਸੀਂ ਓਨਾ ਕੁ ਨਾਲੇ ਟੇਸਟ ਦੇ ਅਨੁਸਾਰ ਅਤੇ ਨਾਲੇ ਕਿੰਨਾ ਕੁ ਦੁੱਧ ਪਾਉਣਾ, ਥੋੜ੍ਹਾ ਜਿਹਾ ਅੰਦਾਜ਼ਾ ਆਪਣੇ ਆਪ ਹੀ ਰਹਿੰਦਾ ਵੀ ਕਿੰਨਾ ਕੁ ਪਤਲਾ ਸਾਨੂੰ ਚਾਹੀਦਾ। ਇਸ ਤੋਂ ਬਾਅਦ ਅਸੀਂ ਇਹਦੇ 'ਚ ਜਿਹੜਾ ਘੀਆ ਕੱਢਿਆ ਸੀ ਪਾਣੀ 'ਚੋਂ ਨਿਚੋੜ ਕੇ ਸਾਰਾ ਦਾ ਪਾਣੀ ਕੱਢਿਆ ਸੀ, ਉਹ ਅਸੀਂ ਮਿਕਸ ਕਰਨ ਲੱਗੇ ਹਾਂ। ਮਿਕਸ ਕਰਨ ਤੋਂ ਬਾਅਦ ਫਿਰ ਇਹਨੂੰ ਇਹਦੇ ਨਾਲ ਦਹੀਂ 'ਚ ਅੱਛੀ ਤਰ੍ਹਾਂ ਮਿਕਸ ਕਰ ਦੇਣਾ। ਇਹਨੂੰ ਮਿਕਸ ਕਰਦੇ ਰਹੋ ਜੀ,
ਆ ਦੇਖੋ ਦੇਖੋ ਹੁਣ ਸਾਨੂੰ ਪਤਾ ਲੱਗਿਆ ਕਿ ਥੋੜ੍ਹਾ ਜਿਹਾ ਗਾੜਾ ਹੈ, ਅਸੀਂ ਦੁੱਧ ਇਹ 'ਚ ਥੋੜ੍ਹਾ ਜਿਹਾ ਹੋਰ ਪਾਉਣ ਲੱਗੇ। ਇਹ ਹੁਣ ਨਾ ਗਾੜਾ ਹੈ ਅਤੇ ਨਾ ਪਤਲਾ ਹੈ, ਐਗਜੈਕਟ ਇੰਨਾ ਕੀ ਹੋਣਾ ਚਾਹੀਦਾ। ਆ ਦੇਖੋ ਜੀ ਬਿਲਕੁਲ ਬਹੁਤ ਵਧੀਆ ਬਣ ਗਿਆ। ਪਾਤਾ ਸੀ ਪਤਲਾ ਹੋ ਗਿਆ। ਦਹੀਂ ਜਿਹੜਾ ਮਰਜ਼ੀ ਲੈ ਸਕਦੇ ਹੋ, ਵੈਸੇ ਕੋਸ਼ਿਸ਼ ਕਰੋ ਵੇਰਕਾ ਦਾ ਲੋਕ, ਕਿਉਂਕਿ ਇਹ ਥੋੜ੍ਹਾ ਜਿਹਾ ਲਾਈਟ ਹੁੰਦਾ ਹੈ। ਮਾਰਕੀਟ 'ਚ ਕਈ ਵਾਰੀ ਉਹਨਾਂ ਨੇ ਕਈ ਚੀਜ਼ਾਂ ਮਿਲਾ ਕੇ ਉਹਨੂੰ ਹੈਵੀ ਕੀਤਾ ਹੁੰਦਾ, ਉਹਦੇ ਟੇਸਟ ਦਾ ਫਰਕ ਪੈ ਜਾਂਦਾ। ਇਹਦਾ ਟੇਸਟ ਬਹੁਤ ਅੱਛਾ ਵੇਰਕਾ ਦੇ ਦਹੀਂ ਦਾ। ਹਾਂ ਦੇਖੋ ਜੀ ਹੁਣ ਇਸ 'ਚ ਅਸੀਂ ਇਹ 'ਚ ਆਪ ਪਾਉਣ ਲੱਗੇ ਹਾਂ ਨਮਕ। ਦੇਖੋ ਦੇਖੋ ਉਹੀ ਨਾਪ, ਚਮਚ ਨਾਪ ਹੈ, ਇਹ ਇੰਨਾ ਕੁ ਨਮਕ ਅਸੀਂ ਪਾਉਣਾ ਇਹਦੇ 'ਚ 400 ਗ੍ਰਾਮ 'ਚ। ਮਿਰਚ ਹੈ, ਇਹ ਮਿਰਚ ਪਾਉਣ ਲੱਗੇ ਦੇਖੋ ਜੀ। ਕੁੱਟੇ ਮਿਰਚ ਹੁਣ ਆਹ ਦੇਖੋ ਹੁਣ ਇਹ ਅਸੀਂ ਕਾਲੀ ਮਿਰਚ ਇਹਦੇ ਉੱਪਰ ਪਾਉਣ ਲੱਗੇ। ਆਹ ਦੇਖੋ ਜੀ ਕਾਲੀ ਮਿਰਚ, ਬਾਕੀ ਆਪਣੇ ਸਵਾਦ ਅਨੁਸਾਰ ਤੁਸੀਂ ਇਹਨੂੰ ਘੱਟ ਵੱਧ ਵੀ ਕਰ ਸਕਦੇ ਹੋ। ਕਈ ਲੋਕ ਜ਼ਿਆਦਾ ਖਾਂਦੇ ਤਾਂ ਜ਼ਿਆਦਾ ਪਾ ਸਕਦੇ ਟੇਸਟ ਮੁਤਾਬਕ, ਜਿਹੜਾ ਘੱਟ ਖਾਂਦਾ ਘੱਟ ਪਾ ਸਕਦੇ, ਲੇਕਿਨ ਐਗਜੈਕਟ ਨਾਪ ਵੈਸੇ ਇਹ ਹੈ ਇਹਦਾ। ਹੁਣ ਅਸੀਂ ਹਰੀ ਮਿਰਚ ਅਸੀਂ ਇਹ 'ਚ ਮਿਕਸ ਕਰ ਰਹੇ ਹਾਂ। ਦੇਖੋ ਜੀ ਅਸੀਂ ਪਹਿਲੇ ਕਟਿੰਗ ਕਰਕੇ ਰੱਖ ਲਈ ਸੀ ਹਰੀ ਮਿਰਚ, ਹਰੀ ਮਿਰਚ ਤੁਸੀਂ ਜਿੰਨੀ ਕੁ ਲਾਈਕ ਕਰਦੇ ਉੱਨੀ ਕੁ ਪਾ ਲਓ, ਥੋੜ੍ਹੀ ਪਾ ਲਓ, ਜ਼ਿਆਦਾ ਪਾਣੀ ਜ਼ਿਆਦਾ ਪਾ ਲਓ। ਦੇਖੋ ਜੀ ਰਹਿਤਾ ਰਹਿਤਾ ਦੇਖੋ ਬਣ ਕੇ ਤਿਆਰ ਹੋ ਗਿਆ। ਬਿਲਕੁਲ ਰੈਡੀ ਹੋ ਗਿਆ, ਯਾਨੀ ਕਿ ਸਾਰਾ ਇਹਦਾ ਬਹੁਤ ਜਲਦੀ ਤੋਂ ਜਲਦੀ ਇਹ ਤਿਆਰ ਹੁੰਦਾ, ਔਰ ਖਾਣਾ ਬਹੁਤ ਅੱਛਾ ਗਰਮੀ 'ਚ। ਇਹਦਾ ਟੇਸਟ ਕਰਕੇ ਤੁਸੀਂ ਦੇਖੋ ਜੀ, ਤੁਹਾਨੂੰ ਕੋਈ ਨਮਕ ਮਿਰਚ ਕੋਈ ਚੀਜ਼ ਲੱਗਦੀ ਹੈ ਘੱਟ ਹੈ, ਤੁਸੀਂ ਮਿਕਸ ਫੇਰ ਵੀ ਕਰ ਸਕਦੇ ਹੋ ਇਹਨੂੰ ਉਹਦੇ 'ਚ। ਬਸ ਇਸ ਚਮਚ ਨਾਲ ਹੀ ਇਹ ਅੱਛੀ ਤਰ੍ਹਾਂ ਮਿਕਸ ਹੋ ਜਾਂਦਾ। ਅਸੀਂ ਜੀਰਾ ਨਹੀਂ ਪਾਇਆ ਕਿਉਂਕਿ ਜੀਰਾ ਭਾਰਾ ਹੁੰਦਾ, ਉਹ ਕੁੱਕੜਾ ਤਨ ਤੱਕ ਕਰ ਦਿੰਦੇ, ਕਿਉਂਕਿ ਹੋਰ ਅਸੀਂ ਮਸਾਲੇ ਨਹੀਂ ਪਾਏ। ਕਈ ਲੋਕ ਜੀਰਾ ਪਾ ਦਿੰਦੇ ਨੇ, ਅਸੀਂ ਜਾਣ ਬੁੱਝ ਕੇ ਤਾਂ ਹੀ ਈਜ਼ੀ ਕੁਕਿੰਗ ਰੱਖੀ ਹੋਈ, ਸਭ ਤੋਂ ਈਜ਼ੀ ਕੁਕਿੰਗ ਔਰ ਹਲਕੀ ਹਲਕੀ, ਜੀਰਾ ਨਹੀਂ ਪਾਉਣਾ ਇਹਦੇ 'ਚ, ਜੀਰਾ ਪਾਉਣ ਨਾਲ ਹੈਵੀ ਹੋ ਜਾਏਗਾ, ਟੇਸਟ ਵੀ ਚੇਂਜ ਹੋ ਜਾਏਗਾ ਅਤੇ ਹੈਵੀ ਵੀ ਹੋ ਜਾਏਗਾ। ਹੈਵੀ ਨਹੀਂ ਕਰਨਾ ਅਸੀਂ ਇਹਨੂੰ, ਇਹ ਵਾਲੇ ਨੂੰ ਦੇਖੋ ਜੀ। ਆ ਤੁਹਾਨੂੰ ਉਮੀਦ ਕਰਦੇ ਕਿ ਤੁਹਾਨੂੰ ਬਹੁਤ ਪਸੰਦ ਆਇਆ ਹੋਏਗਾ, ਅਤੇ ਇਹਨੂੰ ਤੁਸੀਂ ਬਣਾ ਕੇ ਇਹਨੂੰ ਖਾ ਕੇ ਦੇਖੋ। ਥੈਂਕ ਯੂ ਵੈਰੀ ਮੱਚ।